ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ। ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਸੰਗਰੂਰ ਤੋਂ ਹੀ ਸਾਬਕਾ ਸਾਂਸਦ ਵਿਜੇ ਇੰਦਰ ਸਿੰਗਲਾ ਵੋਟ ਪਾਉਣ ਪਹੁੰਚੇ, ਜਿੱਥੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੀ, ਤਾਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਪੰਜਾਬ ਸਰਕਾਰ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ। ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਮੀਡੀਆ ਦਾ ਮੁੱਦਾ ਚੁੱਕਿਆ ਅਤੇ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਫੋਨ ਦਾ ਆਈ ਕਲਾਊਡ ਨੂੰ ਟਰੇਸ ਕੀਤਾ ਜਾ ਰਿਹਾ ਹੈ। ਕੁਛ ਨਹੀਂ, ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਊਗੀ ਪੂਰੇ ਪੰਜਾਬ ਦੇ ਵਿੱਚ। ਔਰ ਅੱਜ ਮੈਂ ਆਪਣੀ ਵਾਈਫ ਨਾਲ ਆਪਣੇ ਸੰਗਰੂਰ ਦੇ ਵਿੱਚ ਵੋਟ ਪਾਉਣ ਵਾਸਤੇ ਆਇਆ, ਖਹਿਰਾ ਸਾਹਿਬ ਵਾਸਤੇ, ਪਾਰਟੀ ਵਾਸਤੇ। ਔਰ ਜੋ ਮਾਹੌਲ ਪੰਜਾਬ ਦਾ ਹੈ, ਉਸ ਤੋਂ ਤੁਸੀਂ ਦੇਖੋਗੇ ਕਿ ਆਉਣ ਵਾਲੀ 4 ਤਰੀਕ ਨੂੰ ਹਰ ਕੈਂਡੀਡੇਟ ਪੰਜਾਬ ਦਾ, ਕਾਂਗਰਸ ਪਾਰਟੀ ਦਾ ਜਿੱਤ ਕੇ ਵੱਡੀ ਲੀਡ ਨਾਲ ਬਾਹਰ ਆਊਗਾ। ਕਿਉਂਕਿ ਇਸ ਵਾਰ ਲੋਕਾਂ ਨੇ ਜੋ ਫਤਵਾ ਹੈ ਉਹ ਸੂਬਾ ਸਰਕਾਰ ਦੀ ਪਿਛਲੇ 2.5 ਸਾਲ ਦੀ ਜੋ ਨਾਕਾਮੀ ਰਹੀ ਹੈ ਉਸ ਦੇ ਖਿਲਾਫ਼ ਦੇਣਾ। ਔਰ ਜੋ BJP ਦੀ ਸਰਕਾਰ ਦੀ ਪਿਛਲੇ 10 ਸਾਲ ਦੀ ਸਰਕਾਰ ਦਿੱਲੀ 'ਚ ਰਹੀ ਹੈ, ਜਿਸ ਤਰੀਕੇ ਨਾਲ ਲੋਕਾਂ ਨੂੰ ਵੱਖ ਵੱਖ ਮੁੱਦਿਆਂ ਦੇ ਉੱਪਰ ਤਕਲੀਫ਼ ਹੋਈ ਹੈ, ਉਸ ਗੱਲ ਦੇ ਉੱਪਰ ਤੁਸੀਂ ਦੇਖੋਗੇ ਕਿ ਵੱਡਾ ਫਤਵਾ ਕਾਂਗਰਸ ਪਾਰਟੀ ਦੇ ਹੱਕ 'ਚ ਪੰਜਾਬ 'ਚ ਲੋਕਾਂ ਨੂੰ ਦੇਖਣ ਨੂੰ ਮਿਲੂਗਾ। ਔਰ ਦਿੱਲੀ ਦੇ ਵਿੱਚ ਮਹਾਂਗਠਬੰਧਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਖੜ੍ਹੀ ਹੋਊਗੀ। ਬੜਾ ਮਸ਼ਹੂਰ ਹਾਂ ਆਪਣੇ ਛੋਟੇ ਵੀਰ ਵਿਜਿੰਦਰ ਸਿੰਗਲਾ ਜੀ ਦਾ, ਜਿਹੜੇ ਕਿ ਅਨੰਦਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸਪੈਸ਼ਲੀ ਆਪਣੇ ਪਰਿਵਾਰ ਨੂੰ ਲੈ ਕੇ ਸੰਗਰੂਰ ਦੇ ਇਸ ਹਰੀਪੁਰਾ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਲਈ ਆਏ ਨੇ ਕਾਂਗਰਸ ਪਾਰਟੀ ਨੂੰ, ਔਰ ਵਿਸ਼ੇਸ਼ ਤੌਰ 'ਤੇ ਮੇਰੇ ਹੱਕ ਵਿੱਚ। ਇਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਲੋਕ ਸਭਾ ਦੇ ਵਿੱਚ ਬਹੁਤ ਦ੍ਰਿੜਤਾ ਨਾਲ ਕੰਮ ਕੀਤਾ, ਬਲਕਿ ਸਾਰੇ ਕਾਂਗਰਸ ਕੇਡਰ ਨੇ ਬਹੁਤ ਮਜ਼ਬੂਤੀ ਨਾਲ। ਤੁਸੀਂ ਦੇਖਿਆ ਸਾਡਾ ਰੋਡ ਸ਼ੋਅ ਜਿਹੜਾ ਸੀ ਉਹ 30 ਤਾਰੀਖ ਦਾ ਇੱਕ ਲਾਮਿਸਾਲ ਰੋਡ ਸ਼ੋਅ, ਔਰ ਕਾਂਗਰਸ ਦੇ ਵਰਕਰਾਂ ਨੇ ਬਹੁਤ ਪੱਬਾਂ ਭਾਰ ਹੋ ਕੇ ਵੋਟ ਪਾਈ ਆ। ਔਰ ਅੱਜ ਮੈਂ ਇੱਕ ਗੱਲ ਥੋੜ੍ਹੀ ਜਿਹੀ ਤੁਹਾਡੇ ਜ਼ਰੀਏ, ਆਲਰੇਡੀ ਮੈਂ DC ਸੰਗਰੂਰ ਨਾਲ ਗੱਲ ਕਰ ਲਈ ਆ, ਔਰ ਮਿਸਟਰ ਦਿਨੇਸ਼ਨ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਓਬਜ਼ਰਵਰ ਨੇ ਲੋਕ ਸਭਾ ਦੇ, ਉਹਨਾਂ ਨੂੰ ਮੈਂ ਇੱਕ ਗੱਲ ਲਿਆਂਦੀ ਉਹਨਾਂ ਦੇ ਧਿਆਨ 'ਚ ਕਿ ਪਿੰਡਾਂ 'ਚੋਂ ਰਿਪੋਰਟਸ ਆਈਆਂ ਕਿ ਨਰੇਗਾ ਵਰਕਰਸ ਨੂੰ ਜਿਹੜੇ ਉਹਨਾਂ ਦੇ ਸੈਕਟਰੀ ਨੇ ਪੰਚਾਇਤਾਂ ਦੇ ਔਰ ਜਿਹੜੇ ਮੇਟ ਨੇ ਉਹ ਇੱਕ ਜਗ੍ਹਾ 'ਤੇ ਇਕੱਠੇ ਕਰਕੇ ਘਰਾਂ ਦੇ ਵਿੱਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਦੂਸਰਾ ਲਾਲਚ ਵਗੈਰਾ ਦਿੱਤਾ ਜਾ ਰਿਹਾ। ਤਾਂ ਉਹਨਾਂ ਨੇ ਮੈਨੂੰ ਯਕੀਨ ਦਵਾਇਆ ਕਿ ਅਸੀਂ ਇਹ ਸਾਰਾ ਫਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂ। ਇਸ ਕੰਪਲੇਂਟ ਤੋਂ ਇਲਾਵਾ ਪੋਲਿੰਗ ਸਮੂਥ ਚੱਲ ਰਹੀ ਆ ਔਰ ਸਾਨੂੰ ਪੂਰਨ ਆਸ ਹੈ ਕਿ ਜਿਵੇਂ ਸਿੰਗਲਾ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪਰਿਵਰਤਨ ਦੀ ਲਹਿਰ ਆ, ਲੋਕਾਂ ਨੇ ਤਾਨਾਸ਼ਾਹੀ ਬਹੁਤ ਦੇਖ ਲਈ ਮੋਦੀ ਸਾਹਿਬ ਦੀ, ਔਰ ਨਾ ਮੀਡੀਆ ਆਜ਼ਾਦ ਛੱਡਿਆ ਇਹਨਾਂ ਨੇ, ਨਾ ਕੋਈ ਓਪੋਜੀਸ਼ਨ ਰਹਿਣ ਦਿੱਤੀ ਸਾਰੇ ਦੇਸ਼ ਵਿੱਚ। ਆਪਣੇ ਵੱਲੋਂ ਟੋਟਲ ਓਪੋਜੀਸ਼ਨ ਫਰੀ ਜਿਹੜਾ ਭਾਰਤ ਕਰਨ ਦੀ ਕੋਸ਼ਿਸ਼ ਕੀਤੀ, ਇਹਦਾ ਬੜਾ ਐਡਵਰਸ ਰਿਐਕਸ਼ਨ BJP ਦੇ ਖਿਲਾਫ਼ ਹੋ ਰਿਹਾ। ਤਾਂ ਹੀ ਉਹ ਤੁਸੀਂ ਦੇਖਿਆ ਕਿ ਬਹੁਤ ਹੋਛੇ ਪੱਧਰ ਦੀ ਅਤੇ ਨੀਵੇਂ ਪੱਧਰ ਦੇ ਬਿਆਨ ਈਵਨ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੇਣੇ ਪਏ। ਇੱਥੋਂ ਤੱਕ ਕਿ ਬਿਹਾਰ ਵਿੱਚ ਜਾ ਕੇ ਮੇਰੇ ਬਿਆਨ 'ਤੇ ਟਿੱਪਣੀ ਕਰਦੇ ਬਿਹਾਰੀਆਂ ਨੂੰ ਉਕਸਾਇਆ ਗਿਆ, ਜਿਹੜਾ ਕਿ ਬਿਲਕੁਲ ਬੇਬੁਨਿਆਦ ਸੀਗਾ। ਸੋ ਇੱਥੋਂ ਨਜ਼ਰ ਆ ਰਿਹਾ ਕਿ BJP ਘਬਰਾਹਟ 'ਚ ਆ, ਔਰ ਇੰਡੀਆ ਵਾਂਟਸ ਅ ਚੇਂਜ। ਇੰਡੀਆ ਇਜ਼ ਅ ਵੈਰੀ ਪ੍ਰੋਗਰੈਸਿਵ ਕੰਟਰੀ, ਲਾਰਜੈਸਟ ਡੈਮੋਕ੍ਰੇਸੀ ਇਨ ਦ ਵਰਲਡ। ਦੇ ਕੈਨੋਟ ਬੀ ਟਾਈਡ ਡਾਊਨ, ਦੇ ਕੈਨੋਟ ਬੀ ਲਾਈਕ ਗੈਗ ਡਾਊਨ, ਦੇ ਕੈਨੋਟ ਬੀ ਇੰਟੀਮੀਡੇਟਡ। ਔਰ ਜਿਸ ਢੰਗ ਦੇ ਨਾਲ BJP ਨੇ ਮਜੋਰੀਟੇਰੀਅਨ ਪੋਲੀਟਿਕਸ ਖੇਡੀ ਆ, ਅੱਜ ਸੈਕੂਲਰ ਫੋਰਸਿਸ ਦੀ ਦੇਸ਼ ਵਿੱਚ ਪੱਕੇ ਤੌਰ ਦੇ ਉੱਤੇ 4 ਤਰੀਕ ਨੂੰ ਜਿੱਤ ਹੋਵੇਗਾ। ਪੰਜਾਬ ਦੇ ਵਿੱਚ ਟੋਟਲ ਸਫਾਇਆ ਕਰਾਂਗੇ, ਕਿਉਂਕਿ ਜੇ ਮੋਦੀ ਤਾਨਾਸ਼ਾਹ ਹੈ ਤਾਂ ਭਗਵੰਤ ਅਤੇ ਕੇਜਰੀਵਾਲ ਵੀ ਘੱਟ ਨਹੀਂ ਗਏ। ਇਹਨਾਂ ਨੇ ਉਹੀ ਹੱਥਕੰਡੇ ਅਪਣਾਏ ਓਪੋਜੀਸ਼ਨ ਨੂੰ ਡਰਾਉਣ ਧਮਕਾਉਣ ਦੇ ਪੁਲਿਸ ਦੇ ਥਰੂ, ਜੋ ਮੋਦੀ CBI ਅਤੇ ED ਦੇ ਥਰੂ ਕਰਦੇ ਸੀ, ਉਸੇ ਤਰ੍ਹਾਂ ਹੀ ਮੀਡੀਆ ਨੂੰ ਗੈਗ ਕੀਤਾ। ਸਾਡੇ ਅਜੀਤ ਅਖਬਾਰ ਦੇ ਤੁਸੀਂ ਦੇਖਿਆ ਕਿ ਅੱਜ ਹਾਈ ਕੋਰਟ ਨੇ ਰਾਹਤ ਦਿੱਤੀ ਉਹਨਾਂ ਨੂੰ, ਉਹਨਾਂ ਦੀ ਅਰੈਸਟ ਇਹ ਕੀਤੀ ਆ। ਇਸ ਲੈਵਲ ਤੱਕ ਚਲੇ ਗਿਆ ਕਿ TV ਚੈਨਲਾਂ ਨੂੰ ਬੰਦ ਕਰਾ ਰਹੇ ਨੇ, ਜ਼ੀ ਦਾ ਵੀ ਕਰਤਾ, ਜ਼ੀ TV ਦਾ ਸਪੈਸ਼ਲ ਅਟੈਕ। ਇਹ ਅਟੈਕ ਬੇਸਿਕਲੀ ਸਾਰੇ
ਡੈਮੋਕ੍ਰੇਸੀ 'ਤੇ ਅਟੈਕ ਹੈ ਭਗਵੰਤ ਦਾ ਅਤੇ ਕੇਜਰੀਵਾਲ ਦਾ। ਔਰ ਤੁਸੀਂ ਦੇਖਿਆ ਕਿ ਸਵਾਤੀ ਮਾਲੀਵਾਲ ਉਹ ਰੋਜ਼ ਰੋ ਰਹੀ ਹੈ ਕਿ ਕੇਜਰੀਵਾਲ ਦੇ ਘਰ ਵਿੱਚ ਮੈਨੂੰ ਕੁਟਵਾਇਆ ਗਿਆ ਔਰ ਵੈਭਵ ਦਾ ਸਾਥ ਦਿੱਤਾ ਜਾ ਰਿਹਾ ਬਦਮਾਸ਼ਾਂ ਦਾ ਗੁੰਡਿਆਂ ਦਾ। ਸੋ ਇਹ ਪਾਰਟੀ ਜਿਹੜੀ ਆ ਇਹ ਆਪਣੇ ਅਸੂਲਾਂ ਤੋਂ ਭਟਕ ਕੇ ਟੋਟਲੀ ਰਿਵਰਸ ਡਾਇਰੈਕਸ਼ਨ 'ਚ ਆ। ਇਹ ਆਮ ਨਹੀਂ, ਹੁਣ ਇਹ ਖਾਸ ਖਾਸ ਆਦਮੀਆਂ ਦੀ ਪਾਰਟੀ ਆ। ਇਸ ਲਈ ਪੰਜਾਬ ਦੇ ਵਿੱਚ ਵੀ 13-0 ਨਹੀਂ, ਐਤਕੀ 0 ਤਿਆਰਾਂ ਵਾਸਤੇ ਭਗਵੰਤ ਤਿਆਰ ਰਹੇ। ਅਤੇ ਉੱਥੇ ਜੇਕਰ ਗੱਲ ਕਰੀਏ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੌਬੀ ਮਾਨ ਵੀ ਜਿਹੜਾ ਨੇ ਉਹ ਵੀ ਵੋਟ ਪਾਉਣ ਪਹੁੰਚੇ ਨੇ। ਤੁਹਾਨੂੰ ਦੱਸਦੀ ਕਿ ਨਵਦੇਵ ਸਿੰਘ ਬੌਬੀ ਮਾਨ ਫਿਰੋਜ਼ਪੁਰ ਦੇ ਵਿੱਚ ਆਪਣੀ ਪਰਿਵਾਰ ਦੇ ਨਾਲ ਵੋਟ ਪਾਉਣ ਪਹੁੰਚੇ ਨੇ, ਜਿੱਥੇ ਉਹਨਾਂ ਦੇ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਬਹੁਤ ਵਧੀਆ ਮਾਹੌਲ ਹੈ ਜੀ, ਚੜ੍ਹਦੀ ਕਲਾ, ਪਰਮਾਤਮਾ ਦੀ ਮਿਹਰ ਹੈ, ਜਿੱਤ ਕੇ ਆਵਾਂਗੇ। ਥੋੜ੍ਹੀ ਬਹੁਤੀ ਵੋਟ ਨਾਲ ਹੀ ਪਰਮਾਤਮਾ ਮਿਹਰ ਕਰੂਗਾ। ਇਹ ਜਿਹੜੀ ਵੋਟ ਆ ਨਾ, ਇਹ ਨਵਦੇਵ ਸਿੰਘ ਬੌਬੀ ਮਾਨ ਨੂੰ ਨਹੀਂ, ਇਹ ਸਰਦਾਰ ਜੋਰਾ ਸਿੰਘ ਮਾਨ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੂਹ ਨੂੰ ਕਹਿ ਰਹੀ। ਉਹ ਅੱਜ ਫਿਰ ਲੋਕਾਂ ਦੇ ਵਿੱਚ ਅਮਰ ਹੋਏ ਆ। 14 ਸਾਲ ਹੋ ਗਏ ਬਾਪੂ ਨੂੰ ਗਿਆ ਨੂੰ, ਪਰ ਸਾਲ ਤੋਂ ਉੱਪਰ ਹੋ ਗਿਆ ਬਾਦਲ ਸਾਹਿਬ ਨੂੰ ਗਿਆ ਨੂੰ। ਅੱਜ ਸਾਡੇ ਬਾਰਡਰ ਪੱਟੀ ਦੇ ਔਰ ਖਾਸ ਕਰ ਹਬੋਰ ਬੱਲੂਆਣਾ ਜਿਹੜੇ ਕਿ ਪਾਣੀ ਦੀ ਮਾਰ ਹੇਠਾਂ ਵਿੱਚ ਰਹਿੰਦੇ ਆ, ਅੱਜ ਮੈਂ ਕਿਉਂਕਿ ਮੈਂ ਪਿੰਡ ਹਬੋਰ ਬੱਲੂਆਣਾ ਮੈਂ 90% ਏਰੀਆ ਕੱਢਤਾ ਸੀ ਮਾਪਦੇ, ਔਰ ਉੱਥੇ ਬਾਪੂ ਬਾਦਲ ਨੂੰ ਬੜਾ ਯਾਦ ਕੀਤਾ ਜਾ ਰਿਹਾ, ਬਾਰਡਰ ਪੱਟੀ 'ਤੇ ਵੀ ਕੀਤਾ ਜਾ ਰਿਹਾ, ਜੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕੀਤਾ ਜਾ ਰਿਹਾ। ਇਹ ਜਿਹੜੀ ਵੋਟ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਸਰਦਾਰ ਜੋਰਾ ਸਿੰਘ ਮਾਨ ਨੂੰ ਪੈ। ਇੱਕ ਬੜਾ ਵੱਡਾ ਇਸ਼ੂ ਇਹ ਹੁਸੈਨੀ ਵਾਲਾ ਬਾਰਡਰ ਖੋਲ੍ਹਣ ਦਾ, ਤਾਂ ਕਿ ਮਾਲਵਾ ਪੱਧਰ ਦੇ ਇਸ ਇਲਾਕਿਆਂ ਦੀ ਥੋੜ੍ਹੀ ਤਰੱਕੀ ਹੋ ਸਕੇ, ਕੁਛ ਰਾਹ ਪੱਧਰਾ ਹੋ ਸਕੇ, ਉਸ ਵਾਸਤੇ ਕੀ ਸੋਚ ਹੈ ਤੁਹਾਡੀ? ਦੇਖੋ, ਇਹ ਸੁਪਨਾ ਮੇਰੇ ਸਵਰਗਵਾਸੀ ਬਾਪੂ ਸਰਦਾਰ ਜੋਰਾ ਸਿੰਘ ਮਾਨ ਦਾ ਵੀ ਸੀਗਾ। ਉਹਨਾਂ ਨੇ ਵੀ 2 ਵਾਰੀ ਦੀ ਆਵਾਜ਼ ਬੁਲੰਦ ਕੀਤੀ ਸੀ ਪਾਰਲੀਮੈਂਟ ਦੇ ਵਿੱਚ, ਲੇਕਿਨ ਉਦੋਂ ਜਿਹੜਾ ਮਾਹੌਲ ਸੀ ਨਾ ਇੰਡੀਆ ਅਤੇ ਪਾਕਿਸਤਾਨ ਦਾ, ਸਖਾਵਾਂ ਨਹੀਂ ਸੀ, ਉਦੋਂ ਕਾਰਗਿਲ ਯੁੱਧ ਆ ਗਿਆ ਸੀਗਾ, ਕਈ ਮਸਲੇ ਹੋ ਗਏ ਸੀਗੇ ਔਰ ਇਹ ਦੂਰੀਆਂ ਵੱਧ ਗਈਆਂ ਸੀਗੀਆਂ। ਲੇਕਿਨ ਅੱਜ ਮਾਹੌਲ ਵੀ ਠੀਕ ਆ, ਲੇਕਿਨ 100% ਤਾਂ ਨਹੀਂ ਕਹਿ ਸਕਦੇ ਆਪਾਂ। ਮੇਰੀ ਕੋਸ਼ਿਸ਼ ਹੋਊਗੀ, ਮੈਂ ਆਵਾਜ਼ ਵੀ ਬੁਲੰਦ ਕਰੂੰਗਾ, ਮੇਰੀ 100% ਕੋਸ਼ਿਸ਼ ਹੋਊਗੀ ਵੀ ਇਹ ਬਾਰਡਰ ਖਿਲਾਈਏ, ਜਿਹੜਾ ਇਕੱਲਾ ਫਿਰੋਜ਼ਪੁਰ ਨਾਲ ਨਹੀਂ ਪਛੜਿਆ ਵਰਗ ਨਾਂ ਜਿਹੜਾ ਲੱਗਿਆ ਹੋਇਆ, ਇਹ ਪੰਜਾਬ ਦੇ ਨਾਲ ਹੀ ਲੱਗਿਆ ਹੋਇਆ। ਅੱਜ ਇਹ ਸਾਰਾ ਪੰਜਾਬ ਨਾਲੋਂ ਦੂਰ ਹੋਊਗਾ, ਜਦੋਂ ਵਪਾਰ ਚੱਲੂਗਾ ਨਾ, ਰੁਜ਼ਗਾਰ ਵੀ ਮਿਲੂਗਾ ਔਰ ਵਪਾਰ ਵੀ ਚੱਲੂਗਾ, ਪੰਜਾਬ ਤਰੱਕੀ ਵੀ ਕਰੂ। ਅੱਜ ਜਿਹੜਾ ਪੰਜਾਬ ਹੈ ਕਿਸਾਨੀ 'ਤੇ ਨਿਰਭਰ ਹੈ ਇਕੱਲਾ, ਇੰਡਸਟਰੀ ਟੋਟਲੀ ਜਿਹੜੀ ਫੇਲ ਆ, ਕੋਟਨ ਇੰਡਸਟਰੀ ਪਹਿਲਾਂ ਫੇਲ ਹੋ ਚੁੱਕੀ ਹੈ, ਜਿਹੜੀ ਰਾਈਸ ਇੰਡਸਟਰੀ ਹੈ ਆਹ 2 ਸਾਲਾਂ 'ਚ ਬਹੁਤ ਥੱਲੜੇ ਪੱਧਰ 'ਤੇ ਜਾ ਚੁੱਕੀ ਹੈ। ਜੇ ਇਹਨੂੰ ਸਰਕਾਰ ਨੇ ਕੋਈ ਸਹੂਲਤ ਨਾ ਦਿੱਤੀ, ਕੋਈ ਰਿਲੀਫ ਨਾ ਦਿੱਤਾ, ਅਤੇ ਆਉਣ ਵਾਲੇ ਸਾਲ ਦੇ ਵਿੱਚ ਇਹ ਵੀ ਬੰਦ ਹੋ ਜਾਵੇ। ਅਤੇ ਉੱਥੇ ਹੀ ਦੇਸ਼ ਦੀ ਸੁਰੱਖਿਆ ਦੇ ਵਿੱਚ ਲੱਗੇ ਹੋਏ ਭਾਰਤੀ ਫੌਜ ਦੇ ਜਵਾਨਾਂ ਦੇ ਵੱਲੋਂ ਵੀ ਫਿਰੋਜ਼ਪੁਰ ਦੇ ਵਿੱਚ ਪੋਲਿੰਗ ਬੂਥ ਦੇ ਉੱਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ। ਉਹਨਾਂ ਨੇ ਵੀ ਆਪਣੀ ਵੋਟ ਪਾ ਕੇ ਆਪਣਾ ਉਮੀਦਵਾਰ ਚੁਣਿਆ।